ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ 'ਚ ਤਸਵੀਰਾਂ ਨਕੋਦਰ ਦੇ ਕਮਲ ਹਸਪਤਾਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਵਿਧਾਇਕ ਇੰਦਰਜੀਤ ਕੌਰ ਮਾਨ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਜੋ ਨਾਲ ਲੱਗਦੀ ਨਹਿਰ ਉੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੇ ਵੱਲੋਂ ਜੋ ਸਮੱਸਿਆ ਆ ਰਹੀਆਂ ਸੀ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੱਲ ਵੀ ਕੀਤਾ ਗਿਆ ਅਤੇ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਹਸਪਤਾਲ ਦੇ ਨਾਲ ਨਹਿਰ ਲੱਗਦੀ ਉਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਅਤੇ ਦੂਜੇ ਪਾਸੇ ਉਹਨਾਂ ਨੇ ਡੀਸੀ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਉਹ ਭਾਰੀ ਪੈ ਰਹੀਆਂ ਨੇ ਅਤੇ ਇਸ ਦਾ ਹੱਲ ਜ਼ਰੂਰ ਕੀਤਾ ਜਾਵੇ। ਆਓ ਸੁਣਦੇ ਅੱਗੇ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਕੀ ਕਹਿਣਾ ਹੈ। ਸਾਰਾ ਪਾਣੀ ਉਹ ਉਧਰ ਹੀ ਆ ਗਿਆ, ਤੁਹਾਡੇ ਹੀ ਭਲੇ ਤੁਹਾਡੇ ਨਾਲ ਤੁਹਾਡੇ ਹੀ ਨਹੀਂ। ਹੁਣ ਵੱਡੀ ਗੱਲ ਇਹ ਆ ਵੀ ਨਹਿਰ ਬਣੀ ਤਾਂ ਪਾਣੀ ਵਾਸਤੇ ਹੀ ਆ, ਹੈਨਾ? ਪਾਣੀ ਕਦੀ ਇਹਨੇ ਨਹੀਂ ਬਣੀ ਤੇ ਪਾਣੀ ਲਈ ਸੀ ਨਾ। ਇਹਨੂੰ ਇਹਨੂੰ ਮਟੀਰੀਅਲ ਕਿਹੜੀ ਟੈਕਨੀਕ ਦੇ ਨਾਲ ਨਹਿਰ ਬਣੀ ਆ, ਕਿਹੜਾ ਮਟੀਰੀਅਲ ਲੱਗਾ, ਜਿਹੜੀਆਂ ਸਲੈਬਾਂ ਟੁੱਟ ਰਹੀਆਂ ਪਾਣੀ ਦੇ ਬੋਝ ਦੇ ਨਾਲ ਸਲੈਬਾਂ ਟੁੱਟ ਰਹੀਆਂ। ਜੇ ਮਾਨਯੋਗ ਸੀਐਮ ਸਾਹਿਬ ਨੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਕਿ ਨਹਿਰਾਂ ਦੇ ਵਿੱਚ ਪਹਿਲੀ ਵਾਰੀ ਪਾਣੀ ਛੱਡਿਆ, ਕੋਈ ਗੁਨਾਹ ਤਾਂ ਨਹੀਂ ਕੀਤਾ? ਜੇ ਹੁਣ ਮਤਲਬ ਜਿਹੜੇ ਕਿੰਨੇ ਸੈਂਕੜੇ ਕਰੋੜ ਰੁਪਈਆ ਇਹਨਾਂ ਨਹਿਰਾਂ ਦੇ ਉੱਤੇ ਲੱਗਿਆ ਸੀ, ਔਰ ਮੇਰਾ ਖਿਆਲ ਸਾਡੇ ਹੀ ਹਲਕੇ ਦੇ ਵਿੱਚ ਘੱਟੋ ਘੱਟ 5 ਥਾਵਾਂ ਤੇ ਨਹਿਰ ਟੁੱਟੀ, ਅੱਗੇ ਇੱਕਦਮ ਪਹਿਲਾਂ ਟੁੱਟੀ, ਦੂਸਰਾ ਪਹਾੜਾ ਪਿਆ, ਤੀਜਾ ਉਹ ਪਿੱਛੇ ਪੈਣ ਵਾਲਾ, ਚੌਥਾ ਅੱਗੇ ਕਾਂਗਣੇ ਟੁੱਟੀ ਪਈ ਆ, ਇੱਧਰ ਸਿੱਧਵਾ ਦੀ ਟੇਲ ਜਿਹੜੀ ਆ ਉਹ ਟੁੱਟੀ ਪਈ ਆ, ਤੇ ਇਹਦਾ ਮਤਲਬ ਕਿ ਵੀ ਯੂਜ਼ਲੈਸ ਆ ਜਿਹੜੀ ਬਣੀਆਂ ਹੋਈਆਂ ਚੀਜ਼ਾਂ। ਫਿਰ ਇਹਨੂੰ ਟੈਕਨੀਕਲੀ ਕਿੱਦਾਂ ਰੱਖਿਆ ਨਹਿਰ ਨੂੰ ਕਿ ਸਲੈਬਾਂ ਸਿੱਧੀਆਂ ਮਿੱਟੀ ਨਾਲ ਲਾਤੀਆਂ? ਮਿੱਟੀ ਖੁਰ ਗਈ ਹੁਣ ਕੱਲ ਨੂੰ ਪੈ ਕੇ ਫੇਰ ਹਟ ਜੂਗਾ, ਦੁਬਾਰਾ ਪਾਣੀ ਕਿਵੇਂ ਦੇਵਾਂਗੇ? ਇਹ ਤਾਂ ਲੰਬਾ ਚੱਲ ਗਿਆ ਕੰਮ। ਐਕਸ਼ਨ ਨੂੰ ਦਿਓ, ਮੈਨੂੰ ਫੋਨ ਦਿਓ ਜਰਾ, ਐਕਸ਼ਨ ਸਾਹਿਬ ਨੂੰ ਫੋਨ ਲਾਓ, ਬੁਰੇ ਕਰਵਾ ਦਿੰਦੇ। ਇੱਥੇ ਇਰੀਗੇਸ਼ਨ ਡਿਪਾਰਟਮੈਂਟ ਚ ਕੌਣ ਆ? ਇਰੀਗੇਸ਼ਨ ਦਾ ਕੌਣ ਹੈ ਇੱਥੇ? ਆਓ ਜੀ, ਇਰੀਗੇਸ਼ਨ ਵਾਲੇ ਇੱਧਰ ਆਓ ਜਰਾ। ਐਕਸ਼ਨ ਸਾਹਿਬ ਕਿੱਥੇ ਨੇ? ਸਤਿ ਸ਼੍ਰੀ ਅਕਾਲ ਡਿਸ ਸਾਹਿਬ, ਕੀ ਹਾਲ ਜੀ? ਡਿਸ ਸਾਹਿਬ ਬੜਾ ਨਾ ਇੱਥੇ ਬੜਾ ਫੈਲਿਆ ਪਿਆ ਸਾਡੇ ਇੱਦਾਂ ਕਿ ਵੀ ਪਾਣੀ ਜਿਹੜਾ ਨਹਿਰਾਂ ਘੱਟੋ ਘੱਟ ਮੇਰੇ ਇਕੱਲੇ ਹਲਕੇ ਦੇ ਵਿੱਚ 10 ਕਿਲੋਮੀਟਰ ਚ 5 ਥਾਵਾਂ ਤੋਂ ਨਹਿਰ ਟੁੱਟੀ ਪਈ ਹੈ ਜੀ, ਔਰ ਇੱਕ ਤਾਂ ਨਕੋਦਰ ਟੁੱਟ ਗਈ ਹੈ ਜੀ, ਇਹਨੂੰ ਸ਼ਰੀ ਵਾਲਾ ਕਹਿੰਦੇ ਆ, ਇਹ ਜਿਹੜੀ ਇਹਦੀ ਰੇਂਜ ਹੈਗੀ ਨਕੋਦਰ ਆ, ਬਿਲਕੁਲ ਬਾਈਪਾਸ ਤੇ ਟੁੱਟੀ ਪਈ ਹੈ ਜੀ, ਦੂਸ ਬਹੁਤ ਫੁੱਲ ਪਾਣੀ ਚੱਲ ਰਿਹਾ ਜੀ, ਪਾਣੀ ਵੀ ਹਜੇ ਰਾਤ ਦਾ ਦੱਸਿਆ ਹੋਇਆ ਹੈ, ਜਿਹੜੀ ਅੱਗੇ ਕਮਲ ਹਸਪਤਾਲ ਦੇ ਨੇੜੇ ਤੇੜੇ ਜੀ ਪਿਛਲੇ ਪਾਸੇ। ਦੂਸਰਾ ਪੁਆਇੰਟ ਹੈਗਾ ਸਿੱਧਵਾਂ ਬੇਟ ਦੀ ਟੇਲ ਦੇ ਨੇੜੇ ਜਾ ਕੇ ਟੁੱਟੀ ਹੈ ਜੀ, ਉੱਥੇ ਘੱਟੋ ਘੱਟ 100 ਏਕੜ ਜ਼ਮੀਨ ਦਾ ਜਿਹੜਾ ਨਾ ਲਗਾਤਾਰ ਪਾਣੀ ਦੇ ਮਾਰ ਹੇਠ ਆ ਗਿਆ। ਤੀਸਰਾ ਪੁਆਇੰਟ ਸਾਡਾ ਨੰਗਲ ਪਿੰਡ ਹੈ ਜੀ, ਇੱਥੋਂ ਨੰਗਲ ਜੀਵਨ ਉੱਥੇ ਟੇਲ ਬਣਦੀ ਆ, ਪਾਣੀ ਇੰਨਾ ਫੁੱਲ ਫਲੈਜ ਚੱਲਦਾ ਕਿ ਸਾਰਾ ਪਿੰਡ ਇੱਕ ਕਿਸਮ ਦਾ ਰੁੜ ਗਿਆ ਜੀ, ਉਹ ਉੱਥੇ ਪਾਣੀ ਇੰਨਾ, ਉੱਥੇ ਰਾਤ ਦਾ ਕਿਆ ਹੋਇਆ ਕਿ ਪਾਣੀ ਬੰਦ ਕਰ ਦਿਓ, ਹਜੇ ਤੱਕ ਪਾਣੀ ਫੁੱਲ ਚੱਲਦਾ ਜੀ। ਨੰਬਰ 4 ਦੇ ਉੱਤੇ ਸਾਡੀ ਕਾਂਗਣਾ ਪਿੰਡ ਹੈ ਜੀ, ਉੱਥੇ ਨਹਿਰ ਟੁੱਟੀ ਪਈ ਆ, ਔਰ ਕੁਛ ਦਿਨ ਪਹਿਲਾਂ ਹੀ ਇੱਥੇ ਨਕੋਦਰ ਟੁੱਟ ਗਈ ਸੀ, ਉਹ ਅਸੀਂ ਬੰਨ ਲਈ ਸੀ, ਹੁਣ ਇਹਨਾਂ ਦੇ ਕੋਲ ਕੋਈ ਸਾਧਨ ਨਹੀਂ। ਮੈਂ ਸਵੇਰ ਦੀਆਂ JCB ਵਗੈਰਾ ਭੇਜੀਆਂ ਹੋਈਆਂ ਜੀ, ਜਿਨ੍ਹਾਂ ਨੇ ਬੰਨ ਲਾਇਆ, ਕੁਛ ਨਾ ਕੁਛ ਥੋੜਾ ਬਹੁਤਾ ਫਰਕ ਪਿਆ, ਪਰ ਇੱਕ ਥਾਂ ਤੋਂ ਹੋਰ ਟੁੱਟਣ ਜਾ ਰਹੀ ਆ, ਪਰ ਇਹਨਾਂ ਕੋਲ ਕੋਈ ਸਮਾਨ ਨਹੀਂ ਹੈਗਾ ਇਰੀਗੇਸ਼ਨ ਵਾਲਿਆਂ ਕੋਲ, ਨਾ ਕੋਈ ਬੋਰੇ ਆ, ਨਾ ਕੋਈ ਲੇਬਰ, ਨਾ ਕੋਈ ਲੈਣਾ ਨਾ ਦੇਣਾ, ਨਗਰ ਕੌਂਸਲ ਦੀ ਲੇਬਰ ਸਵੇਰ ਦੀ ਲੱਗੀ ਆ, ਸਾਡੇ ਵਲੰਟੀਅਰ ਸਵੇਰ ਦੇ ਲੱਗੇ ਹੋਏ ਆ ਜੀ ਇੱਥੇ ਨਹਿਰਾਂ ਬੰਨਣ ਵਾਸਤੇ, ਤੇ ਪਰ ਪ੍ਰਸ਼ਾਸਨ ਵੱਲੋਂ ਇੱਥੇ ਹੈ ਨੀਗਾ ਜੀ ਕੁਛ ਵੀ। ਹਾਂਜੀ ਕਾਇੰਡਲੀ, ਹਾਂਜੀ ਹਾਂਜੀ, ਨਕੋਦਰ ਦੋ ਥਾਂ ਤੋਂ, ਦੂਸਰਾ ਥਾਂ ਬਸ ਟੁੱਟਣ ਵਾਲਾ ਹੀ ਆ ਜੀ, ਉਹਨੂੰ ਜੇ ਅਸੀਂ ਜਲਦੀ ਨਾ ਸੰਭਾਲ ਲਈਏ ਉੱਥੇ ਬੋਰੇ ਬੂਰੇ ਭਰ ਕੇ,
एक पिंड तो अपना आही है जी नकोदर, बिलकुल नकोदर बाईपास इथे एक थां ते टुटी है, कुछ बोरे वगैरा रखवाए है और दूसरी टुटनी जा रही है जी। उन्हें पिछले पास असि सपोर्ट नहीं करते, मिट्टी सारी निकल गई है, जो सपोर्ट ना करी उथे बोरे वगैरा ना लगे, इथे नाल ही इथे इथे बाईपास ही। हां जी जी दो थां ते इथे ही ने जी, तो काइंडली इन्हां दा सारा बोरे बूरे जल्दी भिजवा के इन्हां दा करवाइए जी आप। ठीक इस मतलब जिहड़ा है जे सही देखा जावे ते ना दा हा मटीरियल उत्ते लग्या होया, शर्म ही नहीं आई इन्हां नूं काम करन लग्या नूं पुराने बंदिया नूं भी कर की रहे हां असीं इह लोकां दे वरतण वाली चीज आ, पर उन्हां नूं आस ही नहीं सी कि कदी नहर च पानी भी आउणा। मैडम जिवें कि हुण जगह 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 नहर टुटदी जा रही है, किस तरह देखदे आ? देखना की है जी, सब तो वड्डी गल ते आ कि इन्ने चा दे नाल इन्ने जतना दे नाल इन्नी पॉजिटिव वे दे नाल मानजोग सीएम साहब ने जिहड़ा धरती हेठला पानी बचाउण वास्ते पहली वारी इन्नी वड्डी कोशिश कीती आ कि नहरां दे विच पानी छड्डिया, ओही दरिया ने ओही पानी आ, ओही नहरां आ, ओही सारा कुछ आ, पर सारे पंजाब दे विच नहरां दे विच पानी आ रहा, बड़े चा दे नाल लोग बड़ी खुशी मना रहे सी, पर एक मीह पैण दे नाल ही साडे मोगे बंद हो गए, साडा मतलब कहिंदे मोटरां बंद, मोटरां तां पहलां ही बंद सी। सही देखा जाए तो जिन्ना नहरी पानी जिथे लगता से सब दियां मोटरां बंद सी, नहरी पानी दे नाल कद्दू हो रहा, पर हुण आ जिहड़ा घटिया काम जिहड़े पुराणियां सरकारां दे कीते होए, इह अकालियां दा चाढ़िया होया चंद आ, आ जिहड़ियां नहरां आ मेरे अपने हल्के दे विच तुसीं अज इत्थे खड़े हो, घट्टो घट्ट पंज थावां ते नहर टुटी पई आ। तुसीं क्वालिटी तां देखो, तुसीं स्लैबां देखो किहड़ी किन्ने एमएम दी स्लैब पई होई आ, तुसीं देखो स्लैबां टुट के थल्लों दी नहर दे विच दी मतलब पानी निकल रिहा, कोई जे तो ड्यूरेबल चीज जे मान ली है कि इहनूं जी 20 साल 30 साल 40 साल बनी नूं हो गए, फिर असीं इह नुक्स मान सकदे हां कि जी इहदे थल्लों दी पानी लीक हो रहा जां कुछ। नवीं बनी नहर जे सही देखा जावे तो इहनूं पहली वारी पानी नसीब होया, जदों दियां इह बणियां पानी पहली वारी नसीब होया ते उह पहले पानी दे नाल इहदी इह हालत होई आ, और मैं तां माफ नहीं करन वाली जी, मैं तां इहदी जांच करवाऊंगी जो भी नहरां बणियां होईआं ते की लग्गिया मटीरियल, की रखिया, की लाया, किहड़ा ठेकेदार सी, ਕਿਹੜਾ ਇੱਥੇ ਬਣਾਉਣ ਵਾਲਾ ਸੀ, ਮੈਂ ਇਹਦੀ ਬਿਜ਼ਨਸ ਜਾਂਚ ਕਰਵਾਉਂਗੀ, ਮੈਂ ਪਿੱਛੇ ਨਹੀਂ ਹਟਣਾ। ਜੇਕਰ ਗੱਲ ਕਰੀਏ ਜਦੋਂ ਨਹਿਰਾਂ ਵਿੱਚ ਪਾਣੀ ਛੱਡਿਆ ਜਾਂਦਾ ਉਹਨਾਂ ਦੀ ਸਫਾਈ ਵੀ ਨਹੀਂ ਕਰਵਾਈ ਗਈ, ਕਿਸ ਤਰ੍ਹਾਂ ਦੇਖਦੇ ਆ? ਬਿਲਕੁਲ ਸਫਾਈ ਕਰਵਾਈ ਗਈ ਹੈ ਜੀ, ਤੁਸੀਂ ਜਿੰਨਾ ਵੀ ਆਹ ਸਾਡੇ ਨਹਿਰਾਂ ਦੇ ਵਿੱਚ ਜਿਹੜਾ 10 ਦਿਨ ਜਾਂ 12 ਦਿਨ ਪਾਣੀ ਲੇਟ ਆਇਆ ਸੀ ਉਹਦਾ ਇੱਕੋ ਹੀ ਕਾਰਨ ਸੀ ਕਿ ਨਹਿਰ ਦੇ ਵਿੱਚੋਂ ਸਫਾਈ ਹੋ ਰਹੀ ਸੀ, ਨਹਿਰ ਦੇ ਵਿੱਚੋਂ ਸਾਰਾ ਜੋ ਵੀ ਪੱਤੇ ਪੁੱਤੇ ਸਾਰਾ ਕੁਝ ਕੱਢਿਆ ਗਿਆ ਸੀ, ਸਫਾਈ ਕੀਤੀ ਗਈ ਆ, ਪਰ ਜਿਹੜੀ ਹੁਣ ਨਹਿਰ ਨੂੰ ਕੁਆਲਿਟੀ ਤਾਂ ਨਹੀਂ ਨਾ ਸੁਧਾਰੀ ਜਾ ਸਕਦੀ, ਜੋ ਬਣ ਗਈ ਹੈ ਚੀਜ਼ ਉਹਦਾ ਮੌਕੇ ਤੇ ਕੀ ਕੀਤਾ ਜਾ ਸਕਦਾ, ਪਰ ਤਾਂ ਸਾਰੀ ਟੁੱਟ ਜੂਗੀ ਨਹਿਰ, ਕੁਝ ਵੀ ਨਹੀਂ ਬਚਣਾ। ਆ ਸਾਡੇ ਨੰਗਲ ਜੀਵਨ ਪਿੰਡ ਦੇ ਵਿੱਚ ਪਾਣੀ ਇੰਨਾ ਫੈਲਿਆ ਹੋਇਆ, ਇੱਧਰ ਮੇਵਾਂ ਪਿੰਡ ਦੇ ਵਿੱਚ ਘੱਟੋ ਘੱਟ 100 ਏਕੜ ਪਾਣੀ ਦੀ ਮਾਰ ਥੱਲੇ ਆ ਗਿਆ, ਆ ਲੋਕਾਂ ਦੇ ਪ੍ਰਾਈਵੇਟ ਪਲਾਟ ਨੇ, ਇਹ ਔਲੀ ਔਲੀ ਪਾਣੀ ਪਤਾ ਨਹੀਂ ਕਿੱਧਰ ਚੱਲ ਨਿਕਲੂਗਾ ਆਬਾਦੀ ਵਿੱਚ ਤੋਂ, ਤੇ ਬਹੁਤ ਬੁਰੀ ਹਾਲਤ ਹੈ ਜੀ। ਇਹ ਤਾਂ ਸਾਨੂੰ ਲੱਗਦਾ ਨਹਿਰ ਦੁਬਾਰਾ ਤੋਂ ਹੀ ਬਣਾਉਣੀ ਪੈ ਜਾਣੀ ਜੀ, ਇਹੋ ਜਿਹਾ ਹਿਸਾਬ ਹੈਗਾ ਜੀ।